ਲੈ ਬਾਈ ਥੋੜ੍ਹੀ ਜਿਹੀ ਸਲਫ ਫਸ ਗਈ ਸੀ ਬਾਈ ਅਤੇ ਜਿਹੜਾ ਆਪਣੇ ਕੱਲ੍ਹ ਵੀ ਵੀਡੀਓ ਪਾਈ ਸੀ ਬਾਈ ਫੋਰਡ 3000 ਦੀ ਇੰਗਲੈਂਡ ਮੇਡ ਦੀ ਅਤੇ ਕਾਲਾ ਬਾਈ ਮੰਡੀ 'ਚ ਆਇਆ ਉਹਦਾ ਬਾਈ ਕਹਿੰਦਾ ਮੈਨੂੰ ਚੈੱਕ ਕਰਾ ਬਾਈ ਟਰੈਕਟਰ ਕਿੱਦਾਂ ਦਾ ਅਜੇ ਬਾਈ ਇਹਦਾ ਥੋੜ੍ਹਾ ਬਹੁਤਾ ਕੰਮ ਰਹਿੰਦਾ ਏ ਟੈਂਪਰੇਰੀ ਆ ਥੋੜ੍ਹਾ ਥੋੜ੍ਹਾ ਨਾਲ ਦੀ ਨਾਲ ਜਿੰਨਾ ਕੁ ਪਤਾ ਲੱਗੀ ਜਾਂਦਾ ਉਨਾ ਕੁ ਕਰਾਈ ਜਾਂਦੇ ਬਾਈ ਦੇਖੀ ਕਾਲੇ ਪਿੱਛੇ ਅਤੇ ਕੱਲ੍ਹ ਬਾਈ ਪ੍ਰਧਾਨ ਨੇ ਆ ਕੇ ਦੇ ਕੇ ਸੀ ਅੱਜ ਕਾਲਾ ਬਾਈ ਆਇਆ ਵਾ ਹਾਂ ਬਾਈ ਆਵਾਜ਼ ਸੋਹਣੀ ਆ ਹਾਂ ਨਾ ਨਾ ਹੈ ਓਨਾ ਹੀ ਆ ਹਾਂ ਸੋਹਣਾ ਲੱਗਦਾ ਹਾਂ ਹਾਂ ਬਾਈ ਕਹਿੰਦਾ ਬਾਈ ਦੂਏ ਨਾਲੋਂ ਅਲੱਗ ਜਿਹਾ ਲੱਗਦਾ ਵੜਕ ਚੈੱਕ ਕਰੋ ਬਾਈ ਕਾਲੇ ਉਦਾਂ ਹੀ ਬਸ ਅਲੱਗ ਜਿਹਾ ਬਣਾਉਣਾ ਤਾਂ ਆਪਾਂ ਇਹਨੂੰ ਦੂਏ ਟਰੈਕਟਰ ਨਾਲ ਤੇ ਇਹਨੂੰ ਕਾਲੇ ਜੇ ਟਾਇਰ ਪੈ ਗਏ ਨਾ 13 ਦੇ ਟਾਇਰ ਪਾਉਣੇ ਨੇ ਫੇਰ ਇਹਨੇ ਥੋੜਾ ਜਿਹਾ ਵੱਧ ਦੇਖਣਾ ਹੁਣ ਟਾਇਰ ਥੋੜੇ ਬੜੇ ਨੇ 14 ਦੇ ਅਗਲੇ ਠੀਕ ਆ ਅਗਲੇ ਠੀਕ ਆ ਇਹ ਕਿਹੜੇ 14 ਦੇ ਆ ਇਹ 14 ਦੇ ਨੇ ਬਾਈ ਉਹਨਾਂ 14 ਦੀ ਪਾਈ ਫਿਰ ਨਹੀਂ ਨਹੀਂ ਕਾਲੇ ਨਾ ਸੱਚ ਇਹ ਵੀ ਟਾਇਰ 13 ਦੇ ਹੀ ਆ 14 ਦੇ ਨਹੀਂ ਹੈ 13 ਦੇ ਹੀ ਨੇ ਨਹੀਂ ਬਾਈ ਰੰਗ ਵਧੀਆ ਕਰਾਇਆ ਰੰਗ ਕਾਲੇ ਬਹੁਤ ਵਧੀਆ ਕਰਿਆ ਬੰਦੇ ਨੇ ਬਾਈ 2K ਦਾ ਰੰਗ ਆ ਸਾਰਾ ਹੀ ਹਾਂ ਟਰੈਕਟਰ ਵਧੀਆ ਕਾਲੇ ਮਾਡਲੇ ਕਹਿਣ ਨੂੰ 75 ਹੈ ਪਰ ਟਰੈਕਟਰ ਦਾ ਇੰਜਨ ਗੇਅਰ ਵਧੀਆ ਦੱਸਦਾ ਹੈ ਨਾ ਆ ਆਵਾਜ਼ ਆ ਦੇਖ ਮੈਂ ਹੁਣ ਛੱਡਿਆ ਤਾਂ ਦੂਆ ਪਾ ਕੇ ਕੋਈ ਟਰੈਕਟਰ ਨਹੀਂ ਕਰਿਆ ਨਾ ਨਾ ਠੀਕ ਹੈ ਐਨ ਓਕੇ ਆ ਵਧੀਆ ਬਾਈ ਠੀਕ ਆ ਬਿੱਕੂ ਆਪਣਾ ਬਾਈ ਉਹ ਕਰਦਾ ਕਰ ਬੰਦੇ ਪੁੱਛੀ ਜਾਂਦੇ ਮੈਂ ਨੰਬਰ ਦਿੰਦਾ ਹੁੰਦਾ ਤੇ ਕੋਈ ਗੱਲ ਨਹੀਂ ਬਾਈ ਕੋਈ ਚੱਕਰ ਨਹੀਂ 5445 ਲੈਣ ਦਾ ਯਾਰ ਮੈਂ ਕਹਿੰਦਾ ਜਿੱਦਣ ਦਾ ਜਗਦੀਪ ਬਾਈ ਨੂੰ ਟਰੈਕਟਰ ਦਵਾ ਕੇ ਲਿਆ ਕਿੰਨੇ ਵੀ ਬੰਦਿਆਂ ਦੇ ਜੌਂਡੀਅਰ ਨੂੰ ਫੋਨ ਆਏ ਵੇ ਆ ਉਹਦੇ ਨਾਲ ਦਾ ਟਰੈਕਟਰ ਮੈਂ ਕਿਹਾ ਬਾਈ ਮੈਂ ਕਿਹਾ ਇਹ ਟਰੈਕਟਰ ਬਾਈ ਰੋਜ਼ ਰੋਜ਼ ਨਹੀਂ ਲੱਭਦੇ ਹੈਗੇ ਹਾਰ ਪਾਇਆ ਅਗਲਾ ਕਹਿੰਦਾ ਨਵਾਂ ਕਿਹੜਾ ਆ ਅਗਲਾ ਆਇਓ ਕਹਿੰਦਾ ਵੀ ਨਵਾਂ ਹੀ ਆ ਹਾਂ ਕਿਹੜਾ ਆ ਠੀਕ ਆ ਵਧੀਆ ਟਰੈਕਟਰ ਕਾਲੇ ਦੇ ਨਾਲ ਦੇ ਆਪਾਂ ਨੇ ਬਾਈ ਇੱਕ ਦੋ ਦੂਏ ਵੀ ਮੈਸੀ ਨੇ ਤਿਆਰ ਕਰਾਏ ਵੇ ਉਹ ਵੀ ਆਪਣੇ ਟਰੈਕਟਰ ਤਿਆਰ ਹੋਣ ਨੂੰ ਖੜੇ ਨੇ ਰੰਗ ਹੋਣ ਨੂੰ ਹਾਂ ਰੰਗ ਹੋਣ ਨੂੰ ਕਾਲੇ ਆਏ ਆ ਵੀਰੇ ਇਹਨਾਂ ਟਰੈਕਟਰਾਂ ਦੇ ਨਾ ਰੰਗ ਰੁੰਗ ਹੋ ਕੇ ਹੀ ਟਰੈਕਟਰ ਸੋਹਣੇ ਲੱਗਦੇ ਨੇ ਇਹ ਤਾਂ ਕਾਲੇ ਇਹਨਾਂ ਨੂੰ ਵੇਟ ਬੂਟ ਬਾਈ 75 ਮਾਡਲਾਂ 'ਚ ਵੇਟ ਆਉਂਦੇ ਸੀ ਇਹਨਾਂ ਨੂੰ ਆ ਇਹਨਾਂ ਦੀ ਸਭ ਤੋਂ ਬੜੀ ਕਿੰਨਾ ਨਿੱਕਾ ਟਰੈਕਟਰ ਆਏ ਪਹਿਲੇ ਹਾਂ ਇਹਦਾ ਸੋਖੀ ਜੋ ਖੜਾ ਹੀ ਨਹੀਂ ਹੁੰਦਾ ਛੇਤੀ ਛੇਤੀ ਫੇਰ ਕਾਲੇ ਉਹਦੇ ਬਾਅਦ 'ਚ 76 70 ਵਿੱਚ ਦੂਜੇ ਆਉਣ ਲੱਗ ਗਏ ਸੀ ਫੋਰਡ 3600 ਆ 3000 ਹੈ ਹਾਂ ਇਹ 3000 ਆ ਬਾਈ ਹਾਂ ਬਾਈ ਲੰਬਾਈ ਪਿੱਛੇ ਹੋਣ ਕਰਕੇ ਨਾ ਲੰਬਾਈ ਬਹੁਤ ਹੈ ਛੇਤੀ ਛੇਤੀ ਦਾ ਉੱਠਦਾ ਹੀ ਨਹੀਂ ਹਾਂ ਉਹੀ ਗੱਲ ਹੈ ਵੀਰੇ ਜਾਲੀ ਬਹੁਤ ਵਧੀਆ ਮੁਰੇ ਦੀ ਆ ਦੇਣਾ ਕਾਲੇ ਮੁਰਲਾ ਵੀ ਆਹ ਚੁੱਲਾ ਫਾਰਮ ਟਰੈਕ ਵਾਲਾ ਲੱਗਿਆ ਵੀਰੇ ਆਹ ਨਹੀਂ ਇਹ ਆਉਂਦਾ ਨਹੀਂ ਹੈਗਾ ਇਹਨੂੰ ਇਹ ਬਾਈ ਨਾਲ ਸਪੈਸ਼ਲ ਫਾਰਮ ਟਰੈਕ ਵਾਲਾ ਲਵਾਇਆ ਵਾ ਬਾਕੀ ਕਾਲੇ ਵੈਸੇ ਬਾਈ ਨਾਲ ਆਪਣਾ ਹੋ ਗਈ ਇਹਦੀ ਡੀਲ ਤੇ ਹਾਂ ਵਿਕ ਗਿਆ ਸਮਝ ਲੈ ਤੇ ਬਾਕੀ ਦੇਖਦੇ ਆ ਬਾਈ ਨਾਲ ਜਾਨੀ ਕਿ ਬਾਈ ਨੇ ਸਾਈ ਪਾਤੀ ਆਪਾਂ ਨੂੰ ਤੇ ਟੈਟੂਰ ਕਹਿੰਦਾ ਬਾਈ ਕਹਿੰਦਾ ਵੀ ਟੈਟੂਰ ਪਵਾ ਦਿਓ ਆਪਾਂ ਹੁਣ ਇਹਦਾ ਕਾਲੇ ਹਜੇ ਰਹਿੰਦਾ ਕੰਮ ਖਾਸਾ ਕਰਾ ਦੇ ਕਰਾ ਨਿੱਕਾ ਮੋਟਾ ਦੇ ਕੰਮ ਰਹਿੰਦਾ ਨਾ ਹੋਈ ਵੀ ਵਿਕ ਗਿਆ ਨਾ ਕਰਾਵੇਂ ਠੀਕ ਆ ਹੈ ਕਿ ਨਹੀਂ ਚੱਲ ਠੀਕ ਆ ਬਾਈ ਮਸ਼ੀਨ ਪਹੁੰਚ ਗਈ ਖੇਤ 'ਚ ਯਾਰ ਠੀਕ ਆ ਠੀਕ ਆ ਕਾਲੇ ਘਰੇ ਰੋਟੀ ਖਾਣੀ ਆ ਆ ਜਾ ਮੜਾ ਜਿਹਾ ਆਪਾਂ ਨੇ ਜੌਂਡੀਅਰ ਵੀ ਦਿਖਾਉਣਾ ਟਰੈਕਟਰ ਜੌਂਡੀਅਰ ਦਿਖਾ ਦੇ ਆ ਜਾ ਆ ਜਾ ਨਵੇਂ ਬਹਿ ਜਾ ਪੁੱਤ ਉੱਤੇ ਬਹਿ ਜਾ ਮੰਜੇ ਨਾਲ ਬਹਿ ਜਾ ਲੋ ਬਾਈ ਆ ਖੜਾ ਜੌਂਡੀਅਰ ਵਾਲਾ ਹਰਸ਼ਵੀਰ ਵਾਲਾ ਬਾਈ ਇਹ 15 ਫੁੱਟ ਅੱਗੂ ਇਹ ਵੀ ਫੋੜ ਮਾਰ ਕੇ ਮਾਰਦਾ ਕਿਹੜਾ ਲੈ ਓ ਕਾਲੇ ਤੂੰ ਹਾਰ ਪਿਆ ਮੈਂ ਦੇਖ ਕੇ ਨਾ ਹਾਂ ਰੇ ਕੇ ਐ ਕਹਿੰਦਾ ਆਪ ਦੱਸਣਾ ਪੈਂਦਾ ਬਾਈ 18 ਮਾਡਲ ਹੈ ਵੀ 18 ਮਾਡਲ ਵੀ ਨਵਾਂ ਨਹੀਂ ਹੈ ਠੀਕ ਆ ਦੇਖ ਕੇ ਹੈਰਾਨ ਰਹਿੰਦਾ ਵੀ ਯਾਰ 18 ਮਾਡਲ ਹੈ ਗੱਲ ਪੱਕੀ ਹੈ ਕਾਲੇ ਟਰੈਕਟਰ ਬਹੁਤ ਸਾਹਮਣੇ ਸਹੀ ਗੱਲ ਹੈ ਟਰੈਕਟਰ ਅਸੀਂ ਉਦੋਂ ਜੱਗੂ ਰੂਟਾਵੀਟਰ ਪਾ ਲਿਆ 9 ਫੁੱਟ ਆ ਅੱਛਾ ਭੱਠੀ ਜੋ ਸਮੈਲ ਆਉਂਦੀ ਜਿਵੇਂ ਰੰਗ ਜਲਦਾ ਹੁੰਦਾ ਮਤਲਬ ਕਿ ਇਹਦਾ ਗਰਮ ਨਹੀਂ ਹੋਇਆ ਹਾਂ ਅੱਛਾ ਉਹ ਰੰਗ ਮਤਲਬ ਕਿ ਇਹਦਾ ਹੁਣੇ ਹੀ ਜਲਿਆ ਹੁਣ ਜਲਿਆ ਉਹ ਅੱਛਾ ਠੀਕ ਆ ਬਹੁਤ ਵਧੀਆ ਟਰੈਕਟਰ ਹੈ ਚੱਲ ਵਧੀਆ ਬਾਈ ਇਹ ਹੈ 52 ਦਾ ਇਹ 3 ਸਪੀਡ ਹੈ ਹਾਂ ਮੈਂ ਹੁਣ ਟਰੈਲੀ ਲੈ ਕੇ ਆਇਆ ਜਾਂ ਦੂਏ ਜੋ ਤੀਆ ਪੰਦਾ ਇਹਦਾ ਪਤਾ ਵੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਟਰੈਕਟਰ ਫੜਦੇ ਨਾ ਗੇਰ ਉਵੇਂ ਪਰ ਲੰਘਦਾ ਕਾਲੇ ਇਹਨਾਂ ਦਾ ਹਿੱਸਾ ਬਾਈ ਪਿਛਲਾ ਦੂਆ 53 ਦਾ ਸਾਲਾ ਹੀ ਆ ਹਾਂ ਜਾਨੀ ਕਿ ਵੀ ਸਮਝ ਲੈ ਜਦੀਪ ਨੂੰ ਨਵੇਂ ਵਰਗਾ ਹੀ ਅੱਧ ਡੇਢ ਜੇ ਨਵੇਂ ਵਰਗੇ ਟਰੈਕਟਰ ਮਿਲ ਗਿਆ ਹਾਂ ਲੈ ਬਾਈ ਕਰੋ ਆਵਾਜ਼ ਚੈੱਕ ਟਰੈਕਟਰ ਬਾਈ ਜਿੰਨੇ ਵੀਰਾਂ ਨੇ ਵੀ ਦੇਖਿਆ ਕੋਈ ਐ ਨਹੀਂ ਕਹਿੰਦਾ ਵੀ ਟਰੈਕਟਰ ਪੁਰਾਣਾ ਹਰੇਕ ਬੰਦਾ ਐ ਕਹਿੰਦਾ ਵੀ ਨਵਾਂ ਹੀ ਟਰੈਕਟਰ ਲਿਆਂਦਾ ਬਾਈ ਤੇ ਬਾਈ ਇਹ ਜਿਹਾ ਟਰੈਕਟਰ ਮਿਲਦਾ ਵੀ ਕਿਸਮਤ ਨਾਲੇ ਆ ਲਓ ਜੀ ਤੇ ਲੋ ਬਾਈ ਆ ਗਏ ਆਪਾਂ ਇੱਧਰ ਸੱਬੇ ਬਾਈ ਨਾਲ ਵੱਲ ਤੇ ਜਿਵੇਂ ਕਿ ਤੁਹਾਨੂੰ ਪਤਾ ਬਾਈ ਇਹਨਾਂ ਦਾ ਵੀ ਸੀਜ਼ਨ ਹੁਣ ਜ਼ੋਰਾਂ ਤੇ ਆ ਦੋ ਦਿਹਾੜੀ ਦੇ 3-3-4 ਰੂਟਾਵੀਟਰ ਵੇਚ ਰਹੇ ਨੇ ਸੱਬਾ ਬਾਈ ਤਵੀਆਂ ਕਸ ਰਿਹਾ ਬੈਠਾ ਤੱਬੇ ਬਾਈ ਕੀ ਹਾਲ ਹੈ ਜੀ ਬਾ ਠੀਕ ਹੈ ਵਧੀਆ ਵਧੀਆ
ਕਿਸਾਨ ਵੀਰਾਂ ਨੂੰ ਮੇਰਿਆਂ ਨੂੰ ਸਤਿ ਸ੍ਰੀ ਅਕਾਲ। ਠੀਕ ਹੈ, ਅੱਜ ਗੱਡੀ ਅੰਬਰਾਂ ਵਿੱਚ ਚੜੀ ਲਾਦੀ ਕਿ ਉਦਾਂ ਹੀ ਲੱਗਦਾ? ਨਹੀਂ ਨਹੀਂ, ਹਾਂ ਕੰਮ ਵੇਰੇ ਨਹੀਂ, ਮੇਰੇ ਰੋਟੀ ਖਾਣੀ ਹੈ। ਅੱਛਾ, ਰੋਟੀ ਖਾਣੀ ਹੈ ਹਜੇ? ਦੇਖ ਲਓ ਬਾਈ, ਬਾਈ ਨੇ 3 ਵੱਜ ਗਏ, ਇਹ ਤਾਂ ਰੋਟੀ ਦਾ ਟਾਈਮ ਲੱਗਿਆ ਨਹੀਂ ਖਾਣ ਦਾ। ਅਤੇ ਸਭੇ ਰੂਟਾਵੇਟਰ ਇੱਕ ਹੈ ਤਵੀਆਂ, ਤੂੰ ਲੱਗਿਆ 3 ਕਸਣਾ ਕਿ 2 ਦਿੱਤੇ ਆ? 2 ਦਿੱਤੇ ਵੀਰੇ, ਇੱਕ 6 ਬੂਟਾ। ਅੱਛਾ, ਇੱਕ ਲੋਡ ਹੋ ਕੇ ਜਾਣਾ? ਇੱਕ 8 ਬੂਟਾ ਲੋਡ ਹੋ ਕੇ ਜਾਣਾ। ਹਾਂ ਲੋਡ। ਅੱਛਾ, ਦੂਰ ਜਾਣਾ ਹੋਣਾ ਹੈ ਨਾ? ਉਹ ਦੂਰ ਜਾਣਾ। ਅੱਛਾ ਠੀਕ ਆ, ਆਪਾਂ 8 ਬੂਟਾ ਦਿੱਤਾ। 8 ਬੂਟਾ? ਹਾਂ 8 ਬੂਟਾ ਦੂਰ। ਠੀਕ ਆ, ਅਤੇ ਬਾਈ ਆਹ ਦਿੱਤਾ 8 ਬੂਟਾ, ਟੋਪ ਮਾਡਲ ਸ਼ਕਤੀਮਾਨ ਦਾ। ਇਹਦੇ ਵਿੱਚ ਆਪਣੇ ਦੱਸਿਆ ਵਾ ਬਾਈ, 2 ਮਾਡਲ ਆਉਂਦੇ ਨੇ, ਇੱਕ ਸੈਮੀ ਚੈਂਪੀਅਨ ਆਉਂਦਾ, ਚੱਕਦਾ ਨਾ ਕੋਈ ਗੱਲ ਨਹੀਂ, ਅਤੇ ਅਰਜਨ ਟਰੈਕਟਰ ਆ ਬਾਈ ਨਾ ਕੋਲ ਜਿਹੜੇ ਲੈਣ ਆਏ ਨੇ। ਅਤੇ ਟਰੈਕਟਰ ਥੋੜ੍ਹਾ ਜਿਹਾ ਪੁਰਾਣਾ ਮਾਡਲ ਆ, 105 ਮੇਰੇ ਹਿਸਾਬ ਨਾਲ, 6-7 ਮਾਡਲ ਹੋਊਗਾ ਟਰੈਕਟਰ, 7-8 ਮਾਡਲ। ਅਤੇ ਬਾਈ ਇੱਕ ਰੂਟਾਵੇਟਰ ਆ ਦੇਖੋ, ਆਹ ਰੂਟਾਵੇਟਰ ਲੋਡ ਹੋਣਾ 6 ਫੁੱਟਾ, ਆਹ ਰੂਟਾਵੇਟਰ ਲੋਡ ਹੋ ਕੇ ਜਾਣਾ ਦੂਰ। ਟੈਂਪੂ ਖੜ੍ਹਾ ਆ ਗਿਆ ਤਿਆਰ, ਟੈਂਪੂ 'ਤੇ ਲੋਡ ਕਰਕੇ ਇਹ ਵੀ ਤੋੜ ਦੇਣਾ ਬਾਈ ਇਹਨਾਂ ਨੇ। ਅਤੇ ਕੱਲ੍ਹ ਵੀ ਅੱਜ ਸੁਪਰ ਸੀਡਰ ਵੀ 2 ਦਿਨ ਦੇ ਤੇ ਬਾਈ ਇਹਨਾਂ ਨੇ। ਇਸ ਵਾਰ ਬਾਈ ਜਾਣੀ ਕਿ ਬਾਈ ਇਹਨਾਂ ਨੂੰ ਇੰਨੀ ਉਮੀਦ ਨਹੀਂ ਤੀ ਹੈਗੀ ਵੀ ਵਿਕਣਗੇ, ਕਿਉਂਕਿ ਕੰਪੀਟੀਸ਼ਨ ਬਹੁਤ ਸੀਗਾ ਮਾਰਕੀਟ ਦੇ ਵਿੱਚ, ਹੋਰ ਬਹੁਤ ਸਾਰੀਆਂ ਕੰਪਨੀਆਂ ਨਵੀਆਂ ਤੁਹਾਨੂੰ ਪਤਾ ਆਈਆਂ ਹੋਈਆਂ। ਅਤੇ ਪਰ ਫਿਰ ਵੀ ਇਹਨਾਂ ਦੀ ਉਮੀਦ ਤੋਂ ਉੱਪਰ ਵੱਧ ਕੇ ਜਾਣੀ ਕਿ ਇਸ ਵਾਰ ਸ਼ਕਤੀਮਾਨ ਦਾ ਪ੍ਰੋਡਕਟ ਬਹੁਤ ਵਧੀਆ ਵਿਕਿਆ। ਟਾਇਰ ਬਾਈ ਜੇ ਸੀ ਬੀ ਵਾਲੇ ਪਾਈ ਫਿਰਦੇ ਟਰੈਕਟਰ ਨੂੰ, ਸ਼ਾਫਟ ਨਾਲੇ ਪੈਕ ਕਰਤੀ ਬਾਈ ਇਹਨਾਂ ਦੀ। ਅਤੇ ਬਾਕੀ ਤਾਂ ਬਾਈ ਆਪਾਂ ਨੇ ਲਗਭਗ ਬਹੁਤ ਸਾਰੀ ਵੀਡੀਓ 'ਚ ਦੱਸਿਆ ਹੋਇਆ, ਜੇ ਤੁਸੀਂ ਪੂਰੀ ਜਾਣਕਾਰੀ ਲੈਣੀ ਹੈ ਬਾਈ ਇਹਨਾਂ ਤੋਂ, ਇੰਟਰਵਿਊ ਦਵਾਈ ਹੋਈ ਬਹੁਤ ਵਾਰ, ਵੀਡੀਓ ਵਿੱਚ ਜਾ ਕੇ ਦੇਖ ਸਕਦੇ ਹੋ। ਹਾਂ ਸੱਬਾ ਬਾਈ ਹੁਣ ਖੁੱਲਿਆ, ਹਾਂ ਹਰਿਆਣੇ 'ਚ ਸੁਪਰ ਸੀਡਰ 2 ਵਿੱਚ ਆ। ਅੱਛਾ, ਬਾਕੀ ਬਾਈ ਬਾਈ ਨਾ ਕੋਲ ਲਗਭਗ ਸਾਰੇ ਪ੍ਰੋਡਕਟ ਸ਼ਕਤੀਮਾਨ ਦੇ ਮਿਲਦੇ ਨੇ, ਐਂ ਨਹੀਂ ਹੈਗਾ ਵੀ ਇਕੱਲਾ ਇਹੀ ਪ੍ਰੋਡਕਟ ਆ, ਹੋਰ ਬਹੁਤ ਸਾਰੇ ਪ੍ਰੋਡਕਟ ਆਉਂਦੇ ਨੇ, ਜਿਵੇਂ ਕਿ ਆਹ ਵੀ ਹੁਣ ਬਾਈ ਇਹਨਾਂ ਦੇ ਆਲੂ ਵਾਲੇ ਸੀਜ਼ਨ 'ਤੇ ਵਧੀਆ ਵਿਕੇ ਨੇ, ਕਿਆ ਕਹਿੰਦੇ ਹੁੰਦੇ ਇਹਨੂੰ, ਬ੍ਰੋਡਕਾਸਟਰ ਕਹਿੰਦੇ ਇਹਨੂੰ, ਹਰੇਕ ਖਰਾਉਣ ਵਾਲਾ 50-55 ਹਜ਼ਾਰ ਦੇ ਰੇਂਜ ਵਿੱਚ ਆ ਬਾਈ ਇਹ, ਵਧੀਆ ਚੀਜ਼ ਆ। ਜਿੱਦਾਂ ਜਿਹੜੇ ਆਲੂਆਂ ਦੀ ਖੇਤੀ ਕਰਦੇ ਨੇ, ਇੱਕ ਸਾਰ ਇਹ ਪਾ ਦਿੰਦਾ ਵਧੀਆ ਖੇਤ ਦੇ ਵਿੱਚ। ਅਤੇ ਬਾਕੀ ਬਾਈ ਇਹਨਾਂ ਕੋਲ ਡਰਿੱਲ ਵੀ ਪਈ ਇੱਕ ਬਾਈ, 7 ਫੁੱਟੀ, ਜੇ ਕਿਸੇ ਨੇ ਲੈਣੀ ਹੋਈ ਤਾਂ ਜ਼ਰੂਰ ਕਨੈਕਟ ਕਰੋ, ਬਿਲਕੁਲ ਨਵਿਆਂ ਵਰਗੀ ਡਰਿੱਲ ਆਈ ਪੰਮੀ ਵਾਲਿਆਂ ਦੀ, ਸਮਰਾਲੇ ਵਾਲਿਆਂ ਦੀ, ਕਿਸੇ ਨੇ ਰੂਟਾਵੇਟਰ 'ਤੇ ਲਾਉਣੀ ਹੈ, ਬਹੁਤ ਵਧੀਆ ਚੀਜ਼ ਆ। ਲਓ ਬਾਈ ਉਹ ਲੱਗਿਆ ਦੂਜਾ ਰੋਟਾਵੇਟਰ ਲੋਡ ਕਰਨ, ਅਤੇ ਲਓ ਬਾਈ ਕਰਤਾ ਲੋਡ ਬਾਈ ਇਹਨਾਂ ਨੇ। ਆ ਬਾਈ ਇਹਨਾਂ ਨੇ ਸਪੈਸ਼ਲ ਜਗਾੜ ਇਹਦੇ ਵਾਸਤੇ ਬਣਾਇਆ ਵਾ ਦੇਖੋ, ਕਿਉਂਕਿ ਜਿਹੜੇ ਦੂਰ ਜਾਂਦੇ ਨੇ ਬਾਈ, ਮੰਨ ਕੇ ਚਲੋ 50-60 ਕੁ ਫੇਰਾ ਕਹਿੰਦਾ ਵੀ ਟਰੈਕਟਰ ਦੇ ਕੰਮ ਲਿਆਉਣਾ, ਪਹਿਲਾਂ ਟੈਂਪੂ 'ਤੇ ਲੋਡ ਕਰਕੇ ਲੈ ਜਾਂਦਾ, ਖਰਚਾ ਵੀ ਘੱਟ ਆਉਂਦਾ, ਟਾਈਮ ਵੀ ਬਚ ਜਾਂਦਾ। ਅਤੇ 6 ਫੁੱਟਾ ਲੋਡ ਕਰਿਆ ਬਾਈ, ਸਿਰਫ 3-4-5 ਪੀਸ ਰਹਿ ਗਏ ਬਾਈ ਸੁਪਰ ਸੀਡਰਾਂ ਦੇ। ਓਕੇ ਹੋ ਗਈ ਕੰਮ, ਤੇ ਲੋ ਬਾਈ ਤੁਹਾਨੂੰ ਲਾਉਣੇ ਭੁਪਿੰਦਰ ਬਾਈ ਨਾਲ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰੇ, ਹੋਰ ਠੀਕ ਠਾਕ? ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਠਾਕ ਜੀ? ਹਾਂ ਹਾਂ ਬਹੁਤ ਵਧੀਆ। ਅੱਛਾ 2 ਦੇ ਦਿੱਤੇ ਬਾਈ? ਹੈ 2 ਦੇ ਦਿੱਤੇ ਜੀ, 2 ਅੱਜ। ਕਿੱਥੇ ਕਿੱਥੇ ਚੱਲੇ ਆ ਜੀ? ਇਹ ਚੱਲੇ ਇੱਕ ਤਾਂ ਨੂਰ ਪ੍ਰਵੇਦੀ ਆਲਾ ਜੀ, ਤੇ ਇੱਕ ਚੱਲੇ ਇੱਥੇ ਰੋਪੜੇ ਨੇ, ਇੱਕ ਲੋਕਲੇ ਚੱਲੇ ਆ ਜੀ। ਹਾਂ ਠੀਕ ਆ ਠੀਕ ਆ, 8 ਫੁੱਟਾ ਰੋਪੜੇ। ਠੀਕ ਆ ਜੀ, ਯਾਨੀ ਕਿ ਆਪਣੇ ਇਸ ਵਾਰ ਰੂਟਾਵੀਟਰ ਵੀ ਸੁਪਰ ਸੀਟਰ ਦੇ ਬਰਾਬਰ ਹੀ ਹੈ ਜੀ? ਬਰਾਬਰ ਨਹੀਂ, ਆਪਣੇ ਸੁਪਰ ਸੀਟਰ ਦਾ ਸੀਜ਼ਨ ਹੁੰਦਾ, ਰੂਟਾਵੀਟਰ ਦਾ ਯਾਨੀ ਕਿ ਰੂਟਾਵੀਟਰ ਅੱਗੇ ਘੱਟ ਵਿਕਦਾ, ਯਾਨੀ ਕਿ ਜਿੰਨੀ ਉਮੀਦ ਤੇ ਉਹਦੇ ਨਾਲ ਵੱਧ ਵਿਕ ਗਏ ਜੀ। ਹਾਂ ਹੈ ਜੀ, ਚਲੋ ਠੀਕ ਆ ਜੀ, ਲਓ ਜੀ ਬਾਈ। ਹਾਂ ਬਾਕੀ ਬਾਈ ਚੀਜ਼ ਦੀ ਤਸੱਲੀ ਆ ਬਾਈ ਇਹਨਾਂ ਨੂੰ ਦੇ ਕੇ, ਅਤੇ ਸਭ ਤੋਂ ਜਿਹੜੀ ਬੜੀ ਮੇਨ ਚੀਜ਼ ਆਹੀ ਹੈ ਵੀ ਦੇ ਕੇ ਆਪਣੀ ਤਸੱਲੀ ਹੈ,
चीज एक बार थोड़ी लेन लगे थोड़ा जरूर बाई लोग कहते हैं थोड़ा रेट च वाधा है पर बाई चीज का फर्क है बाई वर्त के पता लगदा बिल्कुल जी बिल्कुल पर आपा बाई कंपनी आपा किसी नु माड़ी नहीं कहंदे सारियां वधिया ने पर हां पर क्वालिटी दा जरूर फर्क है जी ठीक है चलो ठीक है बाई धन्यवाद ओके जी भाई जिवें दस्या बाई ने बहुत वधिया गल कही बाई कहंदा भी चीज कोई नहीं माड़ी हैगी तो भी चलो जे रेट का फर्क है बई दूजे नालों कई भीर मैं कहें बई फोन आते हैं बई इन्हों के प्रोडक्ट महंगे ने बी होर यार इन्ने दे लख रुपए का मिल जाता 80-90 हज़ार का मिल जाता तो बई जे रेट का फर्क है 20-30 हज़ार का तो बई क्वालिटी का भी जरूर फर्क क्योंकि एक तो बई बनता गुजरात में है यदा थोड़ा ट्रांसपोर्ट का खर्चा भी लगते पैंता तो यानी कि जेडे भीर वरतते ने बई शक्तिमान के प्रोडक्ट उन्होंने बिल्कुल ये चीज़ का पता है एहसास भी वध चल के भी वधिया जाने के लंबे टाइम चलने वाली चीज़ हैगी है ते बाकी हुण बई देख लो धोन लग्या बई धो के फिर बई इन्हां नूं विदा करनगे ते चलो बई आपां वी उधर तुहानूं दिखाउने आ कोई ट्रैक्टर ट्रुक्टर आ जाओ लो जी बई 8 फुटा भी चलिया 2 रूटावेटर विदा करते बई अज है डेली है ना जी ठीक है जी लो बई ਬਈ ਸ਼ਾਫਟ ਨਾਲੇ ਲੱਦਦੀ ਲੋਡ ਕਰਕੇ ਅੱਛਾ ਪੂਰੀ ਹੋਦੀ ਫਿੱਟੇ ਦੀ ਠੀਕ ਆ ਠੀਕ ਆ ਜੀ ਠੀਕ ਆ ਬਈ ਤੁਹਾਨੂੰ ਨਵੇਂ ਬੰਦੇ ਨਾਲ ਮੁਲਾਕਾਤ ਕਰਾਉਣੀ ਆ ਤੇ ਬਈ ਆਹ ਦੇ ਵਾਲੀ ਇੰਟਰੋਡਕਸ਼ਨ ਬਾਈ ਇੱਧਰ ਆ ਕੇ ਬਾਈ ਸ਼ਰਮ ਗਿਆ ਮੁੰਡਾ ਸ਼ਰਮਾ ਗਿਆ ਬਾਈ ਯਾਰ ਅਜੇ ਖੁੱਲਿਆ ਨਹੀਂ ਹੈ ਬਾਈ ਆਪਣੇ ਨਾਲ ਹੌਲੀ ਹੌਲੀ ਖੁੱਲੂਗਾ ਚਲੋ ਕੋਈ ਬਾਈ